ਹੈਲੋ ਸਟੂਡੈਂਟਸ ਵੈਲਕਮ ਟੂ ਆਲ ਔਨ CBCI ਸ਼ਿਕਸ਼ਾ ਆਨਲਾਈਨ ਪਲੈਟਫਾਰਮ ਸਟੂਡੈਂਟਸ ਅੱਜ ਆਪਾਂ ਗੱਲ ਕਰਾਂਗੇ ਐਕਸਾਈਜ਼ ਇਨਸਪੈਕਟਰ ਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕੱਲ ਐਕਸਾਈਜ਼ ਇਨਸਪੈਕਟਰ ਦੀ ਡਿਟੇਲ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ 107 ਵੈਕੈਂਸੀਜ਼ ਲਈ ਪੀਟ ਪੀਐਸਬੀ ਬੋਰਡ ਨੇ ਅਫੀਸ਼ੀਅਲ ਨੋਟੀਫਿਕੇਸ਼ਨ ਅਨਾਉਂਸ ਕਰਤੀ ਹੈ ਜਿਸ ਵਿੱਚ ਉਹਨਾਂ ਨੇ ਏਜ ਕ੍ਰਾਈਟੇਰੀਆ ਕੁਆਲਿਫਿਕੇਸ਼ਨ ਪੂਰਾ ਫਾਰਮ ਫਿਲਿੰਗ ਦਾ ਪ੍ਰੋਸੈਸ ਦੱਸਿਆ ਠੀਕ ਹੈ ਜੇ ਤਾਂ 23 ਜੂਨ ਤੱਕ ਤੁਸੀਂ ਇਹ ਫਾਰਮ ਫਿਲ ਕਰ ਸਕਦੇ ਹੋ ਸ਼ਾਮ ਨੂੰ 5 ਵਜੇ ਤੱਕ ਤੇ ਆਪਾਂ ਗੱਲ ਕਰ ਜੋ ਕਿ ਆਪਣਾ ਬੈਚ ਹੈ ਸਪੈਸ਼ਲ ਐਕਸਾਈਜ਼ ਇਨਸਪੈਕਟਰ ਦਾ ਤੁਹਾਨੂੰ ਸਭ ਨੂੰ ਪਤਾ ਹੈ 2018 ਵਿੱਚ ਰੈਂਕ 1 2021 ਵਿੱਚ ਰੈਂਕ 1 3 ਐਂਡ 6 ਸਪੈਸ਼ਲੀ ਐਕਸਾਈਜ਼ ਇਨਸਪੈਕਟਰ ਦੇ ਵਿੱਚ ਸੀ ਆਪਣੇ ਠੀਕ ਹੈ ਐਂਡ ਬੁਰੇ ਆਪਾਂ ਸਿਲੇਬਸ ਦੀ ਵੀ ਗੱਲ ਕਰਾਂਗੇ ਕੀ ਸਿਲੇਬਸ ਰਹਿਣ ਵਾਲਾ ਹੈ ਐਂਡ ਆਪਣਾ ਬੈਚ ਕਿਵੇਂ ਰਹਿਣ ਵਾਲਾ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਦੱਸਿਆ ਸੀਗਾ ਵੀ 23 ਜੂਨ ਤੱਕ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਕੱਲ 23 ਅ 23 ਮਈ ਤੋਂ ਲੈ ਕੇ 23 ਜੂਨ ਤੱਕ ਤੁਸੀਂ ਸ਼ਾਮ ਨੂੰ 5 ਵਜੇ ਤੱਕ ਫਾਰਮ ਫਿਲ ਕਰ ਸਕਦੇ ਹੋ ਤਾਂ 107 ਵੈਕੈਂਸੀਜ਼ ਨੇ ਰਾਜੇ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀਆਂ ਠੀਕ ਹੈ ਤਾਂ ਐਕਸਪੈਕਟਿਡ ਸਿਲੇਬਸ ਕੀ ਰਹਿਣ ਵਾਲਾ ਹੈ ਸਿਲੇਬਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਿਲੇਬਸ ਦੇ ਵਿੱਚ ਐਕਸਪੈਕਟਿਡ ਸਿਲੇਬਸ ਦੇ ਵਾਲਾ ਜੀਕੇ ਦੇ ਵਿੱਚ ਕੀ ਕੁਝ ਦੇਣ ਵਾਲਾ ਆਪਣੇ ਕੋਲ ਇੰਡੀਅਨ ਪੋਲੀਟੀ ਹੋਗੀ ਠੀਕ ਹੈ ਇਸ ਦੇ ਵਿੱਚ ਹਿਸਟਰੀ ਹਿਸਟਰੀ ਤਿੰਨੋ ਆਵੇਗੀ ਇਨਸ਼ੀਅਟ ਆਵੇਗੀ ਮਾਇਡਾਈਵਲ ਆਵੇਗੀ ਤੇ ਮਾਡਰਨ ਆਵੇਗੀ ਠੀਕ ਹੈ ਉਸ ਤੋਂ ਇਲਾਵਾ ਜੀਓਗ੍ਰਾਫੀ ਦੀ ਗੱਲ ਕਰੀਏ ਤਾਂ ਜੀਓਗ੍ਰਾਫੀ ਕਿੱਡੀ ਦੇਣ ਵਾਲੀ ਆਪਣੇ ਕੋਲ ਫਿਜ਼ੀਕਲ ਜੀਓਗ੍ਰਾਫੀ ਰਹਿਣ ਵਾਲੀ ਇਸ ਤੋਂ ਇਲਾਵਾ ਆਪਣੇ ਕੋਲ ਇੰਡੀਅਨ ਜੀਓਗ੍ਰਾਫੀ ਰਹਿਣ ਵਾਲੀ ਹੈ ਨਾ ਇਸ ਤੋਂ ਇਲਾਵਾ ਆਪਣੇ ਇਕਨੋਮਿਕਸ ਹੋ ਗਿਆ ਬਜਟ ਦੇ ਰਿਲੇਟਡ ਕੁਐਸਚਨ ਆਉਣਗੇ ਸਾਇੰਸ ਹੋ ਗਿਆ ਠੀਕ ਹੈ ਜਿੰਦਾ ਬਾਇਓ ਫਿਜ਼ਿਕਸ ਕੈਮਿਸਟਰੀ ਤਿੰਨੋਂ ਪੁੱਛਿਆ ਜਾਣਗੇ ਪੰਜਾਬ ਜੀ ਕੇ ਸਪੈਸ਼ਲੀ ਐਂਡ ਮਿਕਸ ਜੀ ਕੇ ਇਹ ਮੇਨਲੀ ਹੈਗਾ ਆਪਣੇ ਕੋਲ ਜੀ ਕੇ ਦਾ ਪੋਰਸ਼ਨ ਇਸ ਤੋਂ ਇਲਾਵਾ ਪਾ ਜੀ ਕੇ ਦਾ ਪੋਰਸ਼ਨ ਦੇਖੀ ਤਾਂ ਆਪਣੇ ਕੋਲ ਕਰੰਟ ਅਫੇਅਰ ਵੀ ਜੀ ਕੇ ਦਾ ਪੋਰਸ਼ਨ ਮੰਨਿਆ ਜਾਂਦਾ ਠੀਕ ਹੈ राजे ਇਸ ਤੋਂ ਇਲਾਵਾ ਕੁਆਂਟ ਦਾ ਸੈਕਸ਼ਨ ਆਵੇਗਾ ਰੀਜ਼ਨਿੰਗ ਆਵੇਗੀ ਇਸ ਤੋਂ ਇਲਾਵਾ ਲੈਂਗੁਏਜਸ ਦੇ ਵਿੱਚ ਪੰਜਾਬੀ ਜਾਂ ਇੰਗਲਿਸ਼ ਦੋਨੋਂ ਆਉਣ ਸਪੈਸ਼ਲ ਟੈਕਸੇਸ਼ਨ ਜੀਐਸਟੀ ਇਕਨੋਮਿਕਸ ਐਂਡ ਅਦਰ ਸੈਕਸ਼ਨ ਆਵੇਗਾ ਜੋ ਕਿ ਸਪੈਸ਼ਲ ਇੱਕ ਪੋਸਟ ਰਿਲੇਟਡ ਜਾਂ ਜੋਬ ਰਿਲੇਟਡ ਇਨਫੋਰਮੇਸ਼ਨ ਹੁੰਦੀ ਹੈ ਜਾਂ ਜੋਬ ਰਿਲੇਟਡ ਸਿਲੇਬਸ ਹੁੰਦਾ ਜੀ ਉੰਜ ਦੇ ਵਿੱਚ ਜੀਐਸਟੀ ਦੇ ਕੁਐਸਚਨ ਇਕਨੋਮਿਕਸ ਦੇ ਕੁਐਸਚਨ ਸਪੈਸ਼ਲੀ ਠੀਕ ਹੈ ਇਸ ਤੋਂ ਇਲਾਵਾ ਟੈਕਸੇਸ਼ਨ ਦੇ ਕੁਐਸਚਨ ਉਹ ਉਹ ਸਾਰੀ ਚੀਜ਼ਾਂ ਆਉਂਦੀਆਂ ਤੇ ਇਹ ਐਕਸਪੈਕਟਿਡ ਸਿਲੇਬਸ ਹੈ ਜੋ ਕਿ ਐਕਸਾਈਜ਼ ਇਨਸਪੈਕਟਰ ਦਾ ਐਗਜ਼ਾਮ ਹੋਣ ਵਾਲਾ ਹੈ ਉਹਦੇ ਲਈ ਆਪਾਂ ਨੂੰ ਤਿਆਰ ਕਰਨਾ ਚਾਹੀਦਾ ਤੁਹਾਨੂੰ ਸਭ ਨੂੰ ਪਤਾ ਹੈ ਵੀ ਘੱਟੋ ਘੱਟ ਵੀ ਏ साथ साथ 80 ਤੋਂ ਲੈ ਕੇ 80 ਤੋਂ ਲੈ ਕੇ 82% ਨੰਬਰ ਤੁਹਾਨੂੰ ਇਗਜ਼ਾਮ 'ਚ ਲੈਣੇ ਪੈਣਗੇ ਤਾਂ ਹੀ ਤੁਸੀਂ ਇੱਕ ਆਪਣੇ ਕੋਲ ਇੱਕ ਆਪਣੀ ਸੀਟ ਪੱਕੀ ਕਰ ਸਕਦੇ ਹੋ ਜੋ 107 ਐਕਸਾਈਜ਼ ਇਨਸਪੈਕਟਰ ਸਿਲੈਕਟ ਹੋਣਗੇ ਉਹਨਾਂ 'ਚ ਆਪਣੀ ਸੀਟ ਪੱਕੀ ਕਰ ਸਕਦੇ ਹੋ ਤਾਂ ਅਗਰ ਤੁਸੀਂ 82 80% ਨੰਬਰ ਲੈਂਦੇ ਹੋ ਅਗਰ ਮੰਨ ਕੇ ਚੱਲੋ 100 ਮਾਰਕਸ ਦਾ ਪੇਪਰ ਹੋਇਆ ਤਾਂ ਤੁਹਾਡੇ ਕੋਲ ਘੱਟੋ ਘੱਟ ਵੀ 82 ਨੰਬਰ ਚਾਹੀਦੇ ਨੇ ਅਗਰ ਡੇਟ ਤੁਹਾਡੇ ਕੋਲ 120 ਨੰਬਰ ਦਾ ਪੇਪਰ ਹੋਇਆ ਤੁਹਾਨੂੰ 92 93 ਨੰਬਰ ਚਾਹੀਦੇ ਨੇ ਠੀਕ ਹੈ राजे ਤਾਂ ਆਪਾਂ ਗੱਲ ਕਰਾਂਗੇ ਆਪਣੇ ਬੈਚ ਦੇ ਬਾਰੇ ਤਾਂ 80 ਡੇਸ ਦਾ ਇਹ ਟਾਪਰ ਬੈਚ ਆਪਣਾ ਠੀਕ ਹੈ ਜੋ ਆਪਣਾ ਆ ਸਟਾਰਟ ਹੋ ਚੁੱਕਾ ਹੈ ਠੀਕ ਹੈ ਐਂਡ ਇਹ ਜੋ ਬੈਚ ਹੈ ਆਪਣਾ 10 ਜਾਂ 15 ਅਗਸਤ ਤੱਕ ਪੂਰਾ ਹੋ ਜਾਵੇਗਾ 10 ਜਾਂ 15 ਅਗਸਤ ਤੱਕ ਇਹ ਆਪਣਾ ਬੈਚ ਪੂਰਾ ਹੋ ਜਾਵੇਗਾ ਜੀ ਠੀਕ ਹੈ ਇਹ ਆਪਣਾ 80 ਡੇਸ ਦਾ ਟਾਪਰ ਬੈਚ ਹੈ ਜੋ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਹੈ ਜਿੰਨੇ ਵੀ ਆਪਣੇ ਸਾਰੇ ਟਾਪਰਸ ਆਏ ਨੇ ਉਹਨਾਂ ਉਹਨਾਂ ਦੀਆਂ ਗੈਸ ਸ਼ੀਟਸ ਹੋ ਗਈਆਂ ਸਪੈਸ਼ਲ ਐਮਸੀਕਿਊ ਹੋਗੇ ਮੌਕ ਟੈਸਟ ਹੋਗੇ ਸਭ ਕੁਝ ਇਸ ਬੈਚ ਤੇ ਤੁਹਾਨੂੰ ਮਿਲੇਗਾ ਠੀਕ ਹੈ ਇਸ ਵਿੱਚ ਬੈਚ ਦਾ ਮੇਨਲੀ ਟੈਸਟ ਸ਼ੈਡਿਊਲ ਕੀ ਰਹਿਣ ਵਾਲਾ ਹੈ ਸ਼ੈਡਿਊਲ ਸਭ ਤੋਂ ਮੇਨ ਗੱਲ ਹੁੰਦੀ ਹੈ ਸ਼ੈਡਿਊਲ ਕੀ ਰਹਿਣ ਵਾਲਾ ਹੈ ਡੇਲੀ 8 ਤੋਂ 9 ਪੇਡ ਕਲਾਸਾਂ ਹੋਣਗੀਆਂ 8 ਤੋਂ 9 ਪੇਡ ਕਲਾਸਾਂ ਹੋਣਗੀਆਂ ਅਪਰੋਕਸੀਮੇਟ ਆਪਾਂ ਜੀ ਦੇਖੀਏ ਤਾਂ ਕਲਾਸ 45 ਤੋਂ 50 ਮਿੰਟ ਦੀ ਕਲਾਸ ਹੁੰਦੀ ਹੈ 45 ਤੋਂ 50 ਮਿੰਟ ਦੀ ਹਰੇਕ ਕਲਾਸ ਹੁੰਦੀ ਰਾਜੇ ਠੀਕ ਹੈ ਈਚ ਕਲਾਸ ਹੁੰਦੀ ਹੈ ਤਾਂ ਆਪਣੇ ਕੋਲ 8 ਤੋਂ 9 ਕਲਾਸਾਂ ਕਿੰਨੀਆਂ ਰਹਿਣ ਵਾਲੀਆਂ ਨੇ ਆਪਣੇ ਕੋਲ ਪੇਡ ਕਲਾਸਾਂ ਰਹਿਣ ਵਾਲੀਆਂ ਨੇ ਮੀਨਸ ਜਿੰਨ ਜਿੰਦੀ ਤੁਹਾਨੂੰ ਰਿਕਾਰਡਿੰਗ ਵੀ ਮਿਲੇਗੀ ਠੀਕ ਹੈ ਐਂਡ 8 ਕਲਾਸ ਦਾ ਟਾਈਮ ਟੇਬਲ ਆਪਣਾ ਮੋਸਟਲੀ ਕਿੰਨਾ ਹੁੰਦਾ ਹੈ ਸਵੇਰ 9 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਉਸ ਤੋਂ ਬਾਅਦ ਆਪਣੀਆਂ YouTube ਦੇ ਉੱਪਰ ਡੇਲੀ ਸੈਸ਼ਨਸ ਲੱਗਦੇ ਨੇ ਜਿਵੇਂ ਕਿ ਮਨਪ੍ਰੀਤ ਮੈਡਮ ਦੇ ਸੈਸ਼ਨ ਹੋਗੇ ਮੇਰੇ ਖੁਦ ਦੇ ਸੈਸ਼ਨ ਹੋਗੇ ਵਿਸ਼ਾਲ ਸਰ ਦੇ ਸੈਸ਼ਨ ਹੋਗੇ ਮੋਹਿਤ ਸਰ ਦੇ ਸੈਸ਼ਨ ਹੋਗੇ ਠੀਕ ਹੈ ਤਾਂ ਇਹ ਸਪੈਸ਼ਲ ਜੋ ਸੈਸ਼ਨ ਨੇ MCQ ਸੈਸ਼ਨ ਉਹ ਵੀ ਤੁਹਾਨੂੰ YouTube ਦੇ ਉੱਪਰ ਮਿਲਣਗੇ ਡੇਲੀ ਦੇ 3 ਤੋਂ 4 ਹਾਂ ਦੇਨ ਦੇ ਡੇਲੀ ਦੇ 10 ਤੋਂ 4 ਘੰਟੇ ਦੇ ਲੈਕਚਰਸ ਹੋਣਗੇ ਠੀਕ ਹੈ ਜਿਸ ਤੋਂ ਇਲਾਵਾ ਕੁਇਜ਼ ਹੋਗੇ ਮੋਕ ਟੈਸਟ ਹੋਗੇ ਪ੍ਰੈਕਟਿਸ ਸੀਟਸ ਹੋਗੀਆਂ ਮੀਨਸ ਤੁਹਾਨੂੰ ਫ੍ਰੀ ਰਹਿਣ ਦਾ ਕੋਈ ਟਾਈਮ ਨਹੀਂ ਮਿਲਣਾ ਇੱਕ ਬਹੁਤ ਵਧੀਆ ਇੱਕ ਇੱਕ ਸਟ੍ਰੈਟਜੀ ਨਾਲ ਪੂਰੀ ਤੁਹਾਡੀ ਤਿਆਰੀ ਹੋਵੇਗੀ ਇਹ ਤੁਹਾਡਾ ਟਾਈਮ ਟੇਬਲ ਰਹਿਣ ਵਾਲਾ ਇਸ ਬੈਚ ਦਾ ਠੀਕ ਹੈ ਜੀ ਤਾਂ ਹੀ ਤੁਸੀਂ ਟੌਪ ਰੈਂਕ ਲੈ ਕੇ ਆਉਗੇ ਤਾਂ ਹੀ ਟੌਪ 10 ਵਿੱਚ ਰਹੋਗੇ ਰਾਜੀ ਐਂਡ ਜਿਵੇਂ ਕਿ ਅਸੀਂ ਆਪਣੇ ਟਾਪਰਸ ਦੀ ਗੱਲ ਕਰੀਏ ਤਾਂ 2018 ਦੇ ਵਿੱਚ 2018 ਦਾ ਜਦੋਂ ਐਕਸਾਈਜ਼ ਇਨਸਪੈਕਟਰ ਹੋਇਆ ਸੀ ਰਾਜੀ ਤਾਂ ਉਹਦੇ ਵਿੱਚ ਗੁਰਦੇਵ ਸਿੰਘ ਨੇ ਰੈਂਕ 1 ਬੀਸੀ ਕੈਟੇਗਰੀ ਚ ਲਿਆ ਸੀ ਐਂਡ ਜਰਨਲ 'ਚ ਉਹਨਾਂ ਦਾ ਰੈਂਕ 3rd ਆਇਆ ਸੀ ਰਾਜੀ ਠੀਕ ਹੈ ਤਾਂ ਗੁਰਦੇਵ ਸਿੰਘ ਐਕਸਾਈਜ਼ ਇਨਸਪੈਕਟਰ ਸਿਲੈਕਟਡ ਐਕਸਾਈਜ਼ ਇਨਸਪੈਕਟਰ ਰਾਜੀ ਤਾਂ ਐਕਸਾਈਜ਼ ਇਨਸਪੈਕਟਰ ਜਿਹੜਾ ਉਹਨਾਂ ਨੂੰ ਉਹ ਸਿਲੈਕਟ ਹੋਏ ਨੇ ਠੀਕ ਹੈ ਐਂਡ ਬਹੁਤ ਵਧੀਆ ਇਸ ਟਾਈਮ ਫਰੋਜਪੁਰਸ ਜੌਬ ਕਰ ਰਹੇ ਨੇ ਇਸ ਤੋਂ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਐਕਸਾਈਜ਼ ਇੰਸਪੈਕਟਰ 2021 ਦਾ ਐਗਜ਼ਾਮ ਹੋਇਆ ਜਿੰਦੇ ਲਵਪ੍ਰੀਤ ਜੀ ਨੇ ਇੱਕ ਐਡਬਲਯੂਐਸ ਕੈਟਾਗਰੀ ਚ ਰੈਂਕ 1 ਲਿਆ ਉਸ ਅਕਿ ਜਨਰਲ ਕੈਟਾਗਰੀ ਗੱਲ ਕਰੀਏ ਤਾਂ ਰੈਂਕ 3 ਲਿਆ ਇਹਨਾਂ ਨੇ ਠੀਕ ਹੈ ਲਵਪ੍ਰੀਤ ਸਿੰਘ ਤਾਂ ਬਹੁਤ ਬਹੁਤ ਵਧਾਈਆਂ ਲਵਪ੍ਰੀਤ ਸਿੰਘ ਜੀ ਨੂੰ ਠੀਕ ਹੈ ਜਿਨ੍ਹਾਂ ਨੇ ਬਹੁਤ ਵਧੀਆ ਰੈਂਕ ਲਿਆ ਹੈ ਤਾਂ ਬਹੁਤ ਵਧੀਆ ਉਹਨਾਂ ਨੇ 2021 ਦੇ ਵਿੱਚ ਆਪਣਾ ਟੌਪ ਕੀਤਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ 2021 ਦੇ ਵਿੱਚ ਹੀ 6th ਰੈਂਕ ਆਪਣੇ ਕੋਲ ਆਇਆ ਠੀਕ ਹੈ ਤਾਂ ਵਿਕਰਮ ਵੀਰ ਜੀ ਦਾ 6th ਰੈਂਕ ਜਰਨਲ ਕੈਟੇਗਰੀ ਚ ਆਇਆ ਤਾਂ ਇਹ ਉਹ ਬੱਚੇ ਨੇ ਜਿਨ ਜੋ ਕਿ 90 ਜਾਂ 90 ਪਲੱਸ ਨੰਬਰਾਂ ਵਾਲੇ ਨੇ ਜਿਨ੍ਹਾਂ ਨੇ 80 ਜਾਂ 82% ਮਾਰਕਸ ਲੈ ਲੈਨੇ ਐਂਡ ਟੌਪ ਕੀਤਾ ਠੀਕ ਹੈ ਨਾ ਜੀ ਤਾਂ ਇਹ ਬਹੁਤ ਵਧੀਆ ਰਿਜ਼ਲਟ ਰਿਜ਼ਲਟ ਸਾਹਮਣੇ ਆ ਇਸਲਾਵਾ ਬੀ ਐਲ ایਓ ਬਲੌਕ ਲੈਵਲ ਐਕਸਟੈਂਸ਼ਨ ਆਫੀਸਰ ਦਾ ਜੋ ਐਕਸਰਸਾਈਜ਼ ਦੇ ਨਾਲ ਇਗਜ਼ਾਮ ਹੋਇਆ ਸੀ ਉਹਨ ਦੇ ਵਿੱਚ ਆਪਣੇ ਕੋਲ ਅਰਣ ਕੁਮਾਰ ਜੀ ਉਹਦੇ ਵਿੱਚ ਅਰਣ ਕੁਮਾਰ ਜੀ ਦਾ ਅਰਣ ਕੁਮਾਰ ਜੀ ਦਾ 6th ਰੈਂਕ ਦਾ 6th ਰੈਂਕ ਇੱਥੇ 6 ਕਰ ਲਓ 3rd ਨਹੀਂ ਇਹ ਦਾ 6th ਰੈਂਕ ਹੈ ਤਾਂ ਜਰਨਲ ਜਰਨਲ ਚ ਉਹਨਾਂ ਦਾ ਕਿੰਨਾ ਹੈ 6ਵਾਂ ਰੈਂਕ ਹੈ ਜਰਨਲ ਚ ਉਹਨਾਂ ਦਾ 6ਵਾਂ ਰੈਂਕ ਹੈ ਰਾਜੀ ਠੀਕ ਹੈ ਜਰਨਲ ਕੈਟਾਗਰੀ ਚ ਉਹਨਾਂ ਦਾ 6th ਰੈਂਕ ਹੈ ਰਾਜੀ ਤੁਸੀਂ ਕਰੈਕਟ ਕਰ ਸਕਦੇ ਠੀਕ ਹੈ 6ਵਾਂ ਰੈਂਕ ਹੈ ਉਹਨਾਂ ਦਾ ਜਰਨਲ ਕੈਟਾਗਰੀ ਚ ਇਹ ਆਪਣੀ ਜੋ ਬੈਸਟ ਰਿਜ਼ਲਟਸ ਨੇ ਐਕਸਾਈਜ਼ ਦੇ ਵਿੱਚ ਐਂਡ 2016 ਚ 2016 ਤੋਂ 6400 ਸਟੂਡੈਂਟਸ ਦੀ ਫਾਈਨਲ ਸਿਲੈਕਸ਼ਨ ਹੋਈ ਹੈ ਤਾਂ ਇਸ ਤੋਂ ਇਲਾਵਾ ਹਮਾਂਸ਼ੂ ਪੂਰੀ ਜੀ ਟੌਪ ਕੀਤਾ ਐਂਡ ਅੰਕਿਤ ਸ਼ਰਮਾ ਜੀ ਨੇ ਵੀ ਟੌਪ ਕੀਤਾ ਸੀ ਆਪਣਾ ਜੋ ਸਪੈਸ਼ਲ ਬੈਚ ਹੋਵੇਗਾ ਇਸ ਵਿੱਚ ਮਲਟੀਪਲ ਟੀਚਰਸ ਤੁਹਾਨੂੰ ਟੀਚ ਕਰਨਗੇ ਹਰੇਕ ਸਬਜੈਕਟ ਦੀਆਂ ਵੀਡੀਓ ਕਲਾਸਾਂ ਹੋਣਗੀਆਂ ਹਰੇਕ ਟੌਪਿਕਸ ਦੀ ਵੀਡੀਓ ਕਲਾਸ ਹੋਣਗੀਆਂ ਡਾਊਨਲੋਡਰ ਸਟਡੀ ਮਟੀਰੀਅਲ ਹੋਵੇਗਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੁਇਜ਼ ਹੋਣਗੇ ਮੌਕ ਟੈਸਟ ਹੋਣਗੇ ਡਾਊਟ ਕਲਾਸਾਂ ਹੋਣਗੇ राजे ਇਸ ਤੋਂ ਇਲਾਵਾ ਆਪਾਂ ਜੀ ਗੱਲ ਕਰੀਏ ਸਪੈਸ਼ਲ ਇੰਟਰੈਕਸ਼ਨ ਸੈਸ਼ਨ ਹੋਣਗੇ ਗੈਸ ਸ਼ੀਟਸ ਐਂਡ ਐਮਸੀਕਿਊ ਹੋਣਗੇ ਠੀਕ ਹੈ ਮੰਡੇ ਟੂ ਸੈਚਰਡੇ ਕਲਾਸਸ ਹੋਣਗੀਆਂ ਕਲਾਸਸ ਸੈਚਰਡੇ ਕਲਾਸਸ ਤੋਂ ਬਾਅਦ ਟੈਸਟ ਹੋਣ ਕਰਨਗੇ ਨਾਲ ਕੁਇਜ਼ ਮਿਲਣ ਕਰਨਗੇ ਤੁਹਾਨੂੰ ਠੀਕ ਹੈ ਸਿਲੇਬਸ ਕਵਰ ਵਿਥਿਨ 80 ਡੇਸ ਐਸ ਪਰ ਐਗਜ਼ਾਮ ਜਾਂ ਕਈ ਐਗਜ਼ਾਮ ਤੋਂ ਪਹਿਲਾਂ ਵੀ ਆਪਾਂ ਸਿਲੇਬਸ ਪੂਰਾ ਕਰਵਾ ਦਾਂਗੇ ਤੁਹਾਨੂੰ ਅਗਰ ਐਗਜ਼ਾਮ ਪਹਿਲਾਂ ਵੀ ਹੁੰਦਾ ਰਹੇ ਠੀਕ ਹੈ ਟਾਪਰਸ ਕੈਸ ਕੁਐਸਚਨਸ ਹੋਣਗੇ 7 ਡੇ ਬਿਫੋਰ ਐਗਜ਼ਾਮ ਰੈਗੂਲਰ ਮੌਕ ਟੈਸਟ ਹੋਣਗੇ ਰਾਜੇ ਐਂਡ 20 ਪਲਸ ਟੀਚਰਸ ਦੀ ਐਕਸਪਰਟ ਟੀਮ ਦੇ ਜੋ ਤੁਹਾਨੂੰ ਇਸ ਦੀ ਰਜਿਸਟ੍ਰੇਸ਼ਨ ਆਲਰੇਡੀ ਸਟਾਰਟ ਹੋਈਆਂ ਹੋਈਆਂ ਨੇ ਬੈਚ ਆਲਰੇਡੀ ਸਟਾਰਟ ਹੋਇਆ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਇੱਕ ਦੋ ਦਿਨ ਹੋਏ ਨੇ ਬੈਚ ਸਟਾਰਟ ਹੋਏ ਨੂੰ ਐਂਡ 100 टॉप 100 सीट्स ने ਸਾਡੇ ਕੋਲ ਐਂਡ ਫੀਸ ਹੈਗੀ ਏ 2750 ਰੁਪਏ ਸਾਡੀ ਐਪਲੀਕੇਸ਼ਨ CBC Shiksha ਦੇ ਉੱਪਰ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ CBC Shiksha ਐਪਲੀਕੇਸ਼ਨ ਜੁਆਇਨ ਤੁਹਾਨੂੰ ਡਾਊਨਲੋਡ ਕਰਨੀ ਹੈ ਯਾਦ ਰੱਖ ਲੈਣਾ CBC Shiksha CBC Shiksha ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਐਂਡ ਅਗਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਹੋਵੇ ਪੇਮੈਂਟ ਕਰਨ ਟਾਈਮ ਤਾਂ ਉਹ ਉਹ ਬੱਚਾ ਕੀ ਕਰ ਸਕਦਾ ਉਹ ਬੱਚਾ Paytm Google Pay Google Pay ਜਾਂ بچਾ PhonePe ਕਰ ਸਕਦਾ ਕਿਸ ਨੰਬਰ ਤੇ ਕਰਨਾ ਰਾਜੇ ਨੰਬਰ ਨੋਟ ਕਰ ਲਓ 94 1 ਮਿੰਟ ਰਾਜੇ 1 ਮਿੰਟ ਹਾਂ 9464209657 9464209657 ਤੇ ਤੁਸੀਂ Paytm PhonePe Google Pay ਕਰਕੇ ਆਪਣਾ ਸਕਰੀਨਸ਼ਾਟ ਭੇਜ ਸਕਦੇ ਹੋ ਐਂ ਆਪਣੀ ਸੀਟ ਨੂੰ ਕਨਫਰਮ ਕਰਵਾ ਸਕਦੇ ਹੋ 2750 ਰੁਪਏ ਫੀਸ ਐਂ ਵੈਬਸਾਈਟ ਹੈ cbse shiksha.com ਠੀਕ ਰਾਜੇ ਤਾਂ ਇਹ ਆਪਣਾ ਸਪੈਸ਼ਲ ਬੈਚ ਐਂ ਇਸ ਤੋਂ ਇਲਾਵਾ ਗੁੱਡ ਨਿਊਜ਼ मोहाली ऑफलाइन क्लासेस बहुत जल्दी स्टार्ट हो जा रही राजे ठीक है एंड स्पैशल जो ऑल्ब एग्जाम्स का बैच वो भी अपने को अगर किसी ने एक एक बैच नहीं लैना तो तुम ऑल पाब जॉब्स का बैच लैसते हो एंड जिस दी वैलिडिटी वैलिडिटी हैगी सिक्स मंथ की वैलिडिटी हैगी फीस हैगीयाली सौ नड़िन्नवे एंड वन ईयर की हैगी सिक्स थाउजेंड ओके okay, राजे थैंक यू बैस्ट ऑफ लक्के बैचिस बारे इन्फोरमेस इस अलावा पी ट्री प्लस बी का एक बैच हैगा अगर सारे पी ट्री प्लस बी एग्जाम वास्ते लेना है तो ग्रुप सी का बैच उस ज्वाइन कर सकते ਠੀਕ ਹੈ ਰਾਜਾ ਥੈਂਕ ਯੂ ਬੈਸਟ ਆਫ ਲੱਕ ਠੀਕ ਹੈ ਮਿਲਦੇ ਆਪਾਂ ਆਪਣੀ ਕਲਾਸਿਸ ਵਿੱਚ ਠੀਕ ਹੈ ਬੈਜ ਜੁਆਇਨ ਕਰੋ ਐਂਡ ਆਪਣਾ ਬੈਸਟ ਦਿਓ ਓਕੇ ਥੈਂਕ ਯੂ